ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਕੁਲਜੀਤ ਕੌਰ ਹੈ ਜੀ। ਮੈਂ ਮੁਕਤਸਰ ਦੀ ਰਹਿਣ ਵਾਲੀ ਹਾਂ। ਮੈਂ ਮੋਟਾਪੇ ਤੋਂ ਬਹੁਤ ਪਰੇਸ਼ਾਨ ਸੀ। 2006 ਦੇ ਵਿੱਚ ਮੇਰਾ ਬੱਚੇਦਾਨੀ ਦਾ ਓਪਰੇਸ਼ਨ ਹੋਇਆ ਸੀ। ਉਸ ਟਾਈਮ ਮੇਰਾ ਵੇਟ 60 ਕਿਲੋ ਸੀ। ਇਹਨਾਂ 10-15 ਸਾਲਾਂ ਦੇ ਵਿੱਚ ਮੇਰਾ ਵੇਟ ਵੱਧ ਕੇ 1 ਕੁਇੰਟਲ 2 ਕਿਲੋ ਹੋ ਗਿਆ, ਜਿਹਦੇ ਕਰਕੇ ਮੈਨੂੰ ਬਹੁਤ ਹੀ ਪਰੇਸ਼ਾਨੀਆਂ ਆਉਂਦੀਆਂ ਸੀ ਅਤੇ ਮੇਰਾ ਦਿਮਾਗ ਡਿਪਰੈਸ਼ਨ ਵਿੱਚ ਰਹਿਣ ਲੱਗਿਆ ਸੀ। ਉਸ ਟਾਈਮ ਤੋਂ ਲੱਗ ਕੇ ਮੇਰਾ ਪੇਟ ਬਹੁਤ ਦਰਦ ਕਰਦਾ ਸੀ, ਗਠੀਏ ਦੀ ਪ੍ਰੋਬਲਮ ਸੀ, ਹਾਈ ਕੋਲੈਸਟਰੋਲ ਸੀ, ਸ਼ੂਗਰ ਦਾ ਲੈਵਲ ਵੀ ਬਾਰਡਰ 'ਤੇ ਪਹੁੰਚ ਚੁੱਕਿਆ ਸੀ। ਮੇਰਾ BP ਬਿਲਕੁਲ ਲੋਅ ਰਹਿੰਦਾ ਸੀ, ਧੜਕਣ ਜ਼ਿਆਦਾ ਰਹਿੰਦੀ ਸੀ, ਕੰਮ ਕਰਨ ਵਿੱਚ ਬਹੁਤ ਪ੍ਰੋਬਲਮ ਸੀ, ਬੈਠ ਕੇ ਵੀ ਮੈਂ ਕੋਈ ਕੰਮ ਨਹੀਂ ਕਰ ਸਕਦੀ ਸੀ, ਗੱਡੀ 'ਤੇ ਵੀ ਬਿਲਕੁਲ ਮੈਥੋਂ ਸਫ਼ਰ ਨਹੀਂ ਹੁੰਦਾ ਸੀ ਅਤੇ ਮੇਰਾ ਆਤਮ ਵਿਸ਼ਵਾਸ ਬਿਲਕੁਲ ਹੀ ਟੁੱਟ ਚੁੱਕਿਆ ਸੀ। ਕਿਸੇ ਨੂੰ ਵੀ ਫੇਸ ਕਰਨਾ ਮੇਰੇ ਲਈ ਬਹੁਤ ਔਖਾ ਸੀ, ਵੀ ਜਦੋਂ ਮੈਨੂੰ ਕੋਈ ਵੇਖ ਕੇ ਕਹਿੰਦਾ ਸੀ ਵੀ ਤੂੰ ਕੀ ਖਾਂਦੀ ਹੈ, ਇਹੋ ਜਿਹਾ ਵੀ ਤੂੰ ਕੀ ਬਣਦੀ ਜਾਂਦੀ ਦਿਨੋਂ ਦਿਨ, ਹਰ ਸਾਲ ਹਰ ਸੀਜ਼ਨ ਮੈਨੂੰ ਕੱਪੜੇ ਖੁੱਲ੍ਹੇ ਕਰਨੇ ਪੈਂਦੇ ਸੀ। ਇਹਨਾਂ ਗੱਲਾਂ ਤੋਂ ਪਰੇਸ਼ਾਨ ਹੋ ਕੇ ਮੈਂ ਘਰਦਿਆਂ ਉਰੇ ਇਸ ਗੱਲ ਦੀ ਜ਼ਿੱਦ ਕੀਤੀ ਕਿ ਆਪਾਂ ਮੋਬਾਈਲ ਤੋਂ ਸਰਚ ਕਰਕੇ ਦੇਖਿਆ ਤਾਂ ਵੀ ਹਿਸਾਰ ਚੱਲੀਏ, ਹਿਸਾਰ ਮੈਂ ਮਿਲੀ ਪਰ ਮੈਨੂੰ ਠੀਕ ਨਹੀਂ ਲੱਗਿਆ ਉੱਥੇ। ਉਦੋਂ ਬਾਅਦ ਮੇਰੀ ਇੱਕ ਰਿਲੇਟਿਵ ਸੀ ਰਮਨਦੀਪ ਕੌਰ, ਜਿਨ੍ਹਾਂ ਦੀ ਵੇਟ ਲੋਸ ਸਰਜਰੀ ਹੋਈ ਸੀ ਡਾਕਟਰ ਅਮਿਤ ਸੂਦ ਤੋਂ, ਉਹਨਾਂ ਨੇ ਮੈਨੂੰ ਦੱਸਿਆ ਵੀ ਤੁਸੀਂ ਡਾਕਟਰ ਸਾਹਿਬ ਨੂੰ ਇੱਕ ਵਾਰ ਮਿਲੋ। ਡਾਕਟਰ ਸਾਹਿਬ ਦਾ ਸੁਭਾਅ ਵੀ ਅਤੇ ਮੇਰੇ ਨਾਲ ਜਦੋਂ ਵੀ ਉਹ ਮਿਲੇ, ਉਹਨਾਂ ਨੇ ਮੈਨੂੰ ਇੰਨਾ ਕੁ ਹੌਸਲਾ ਦਿੱਤਾ ਕਿ ਮੈਨੂੰ ਸਰਜਰੀ ਤੋਂ ਨਾ ਤਾਂ ਡਰ ਮਹਿਸੂਸ ਹੋਇਆ ਅਤੇ ਮੈਨੂੰ ਇਸ ਤਰ੍ਹਾਂ ਲੱਗਦਾ ਸੀ ਵੀ ਇਹ ਮੇਰੀ ਮਦਦ ਜ਼ਰੂਰ ਕਰ ਸਕਦੇ ਆ ਅਤੇ ਮੇਰਾ ਵਧੀਆ ਇਲਾਜ ਕਰ ਸਕਦੇ ਆ। ਉਹਨਾਂ ਦੇ ਹੌਸਲੇ ਸਦਕਾ ਹੀ ਮੈਂ ਸਰਜਰੀ ਲਈ ਆਪਣੇ ਆਪ ਨੂੰ ਤਿਆਰ ਕੀਤਾ। ਫਿਰ ਉਹਨਾਂ ਲਈ ਮੈਂ ਇਹ ਉਹਨਾਂ ਅੱਗੇ ਰਿਕੁਐਸਟ ਕੀਤੀ ਕਿ ਮੇਰੀ ਸਰਜਰੀ ਤੁਸੀਂ ਜਲਦੀ ਤੋਂ ਜਲਦੀ ਕਰ ਦਿਉ ਅਤੇ ਵੀ 31 ਦਸੰਬਰ ਤੱਕ ਮੈਂ ਜਲਦੀ ਫਿਰਦੀ ਹੋ ਜਾਵਾਂ, ਵੀ ਮੇਰੇ ਘਰ ਵਾਲੇ ਅਤੇ ਮੇਰੇ ਬੱਚੇ ਬਹੁਤ ਪਰੇਸ਼ਾਨ ਰਹਿੰਦੇ ਇਸ ਗੱਲੋਂ ਵੀ ਕੁਛ ਹੋ ਹੀ ਨਾ ਜਾਵੇ ਇਸ ਨੂੰ। ਅੱਜ 15 ਦਿਨਾਂ ਬਾਅਦ ਮੇਰਾ 10 ਕਿਲੋ ਵੇਟ ਘੱਟ ਚੁੱਕਿਆ ਹੈ। ਮੈਨੂੰ ਬਹੁਤ ਵਧੀਆ ਮਹਿਸੂਸ ਹੁੰਦਾ ਹੈ। ਜੋ ਇੱਥੇ ਸਾਡੇ 3-4 ਦਿਨ ਲੱਗੇ, ਕੋਈ ਕਿਸੇ ਕਿਸਮ ਦਾ ਡਰ ਨਾ ਕੋਈ ਪ੍ਰੋਬਲਮ ਆਈ ਹੈ, ਬਿਲਕੁਲ ਵੀ। ਸਾਰਾ ਸਟਾਫ ਬਹੁਤ ਵਧੀਆ, ਸਰ ਬਹੁਤ ਵਧੀਆ, ਹੁਣ ਸਾਰਿਆਂ ਨੇ ਮੇਰਾ ਬਹੁਤ ਵਧੀਆ ਖਿਆਲ ਰੱਖਿਆ, ਭੈਣਾਂ ਭਰਾਵਾਂ ਦੀ ਤਰ੍ਹਾਂ ਰਹੇ, ਬਿਲਕੁਲ ਨਹੀਂ ਮਹਿਸੂਸ ਹੋਇਆ ਵੀ ਅਸੀਂ ਇੱਕ ਹੋਸਪਿਟਲ ਵਿੱਚ ਰਹਿ ਰਹੇ ਹਾਂ। ਮੇਰੀ ਤਾਂ ਇਹੀ ਬੇਨਤੀ ਹੈ ਵੀ ਅੱਜ ਮੈਨੂੰ ਜਿੰਨੀ ਖੁਸ਼ੀ ਮਹਿਸੂਸ ਹੋਈ ਹੈ 10-15 ਦਿਨਾਂ ਦੇ ਵਿੱਚ, ਮੈਂ ਹਰਬਲ ਲਾਈਫ ਦੇ 1.5 ਲੱਖ ਦੇ ਪ੍ਰੋਡਕਟ ਖਾ ਕੇ ਵੀ ਮੇਰਾ 20 ਕਿਲੋ ਵੇਟ 6-7 ਮਹੀਨੇ ਦੇ ਵਿੱਚ ਘਟਿਆ ਸੀ ਅਤੇ ਅੱਜ ਮੇਰਾ 10 ਕਿਲੋ ਵੇਟ 15 ਦਿਨਾਂ ਦੇ ਵਿੱਚ ਘੱਟ ਚੁੱਕਿਆ। ਬੈਠਣ ਉੱਠਣ ਵਿੱਚ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ, ਕੋਈ ਪਰੇਸ਼ਾਨੀ ਨਹੀਂ, ਉਹ ਖਾਣਾ ਪੀਣਾ ਬਿਲਕੁਲ ਸਭ ਕੁਛ ਠੀਕ ਹੈ ਜੀ, ਬਿਲਕੁਲ ਸਾਰਾ ਕੁਛ ਹਜ਼ਮ ਆਉਂਦਾ ਮੇਰੇ, ਕਿਸੇ ਗੱਲ ਦੀ ਕੋਈ ਵੀ ਪਰੇਸ਼ਾਨੀ ਨਹੀਂ, ਨਾ ਕੋਈ ਡਰ। ਪਹਿਲਾਂ ਵੀ ਕੋਈ ਡਰ ਮਹਿਸੂਸ ਨਹੀਂ ਹੋਇਆ ਸਰਜਰੀ ਤੋਂ, ਪਰ ਅੱਜ ਵੀ ਮੈਨੂੰ ਐਂ ਲੱਗਦਾ ਵੀ ਮੈਂ ਬਹੁਤ ਖੁਸ਼ ਹਾਂ। 2006 ਦੇ ਵਿੱਚ ਜਿਹੜੇ ਮੇਰੇ ਕੱਪੜੇ ਆਉਂਦੇ ਨਹੀਂ ਸੀ, ਪਰ ਮੇਰੇ ਮਨ 'ਚ ਵਿਸ਼ਵਾਸ ਜ਼ਰੂਰ ਸੀ ਵੀ ਮੈਂ ਇੱਕ ਦਿਨ ਇਹ ਪਾਉਣੇ ਆ। ਅੱਜ ਮੈਂ ਉਹੀ ਕੱਪੜੇ ਅਤੇ ਉਹੀ ਕੋਟੀ ਪਾ ਕੇ ਆਈ ਹਾਂ ਜੋ ਮੇਰੇ ਮਨ 'ਚ ਸੀ, ਅੱਜ ਮੈਂ ਉਹ ਕਰ ਚੁੱਕੀ ਹਾਂ ਅਤੇ ਮੈਨੂੰ ਲੱਗਦਾ ਹੈ ਵੀ ਮੈਂ ਆਉਣ ਵਾਲੇ ਮਹੀਨੇ 1.5 ਮਹੀਨੇ ਦੇ ਵਿੱਚ ਜਿਹੜਾ ਮੇਰਾ ਵੇਟ ਦਾ ਲੈਵਲ ਸਰ ਨੇ ਦੱਸਿਆ 65 ਕਿਲੋ ਉੱਥੋਂ ਤੱਕ ਪਹੁੰਚ ਜਾਵਾਂਗੀ। ਧੰਨਵਾਦ ਜੀ।